पानी मेरा कोई धर्म नहीं कोई जात नहीं मैं सबके लिए हूं अमीर गरीब ਉਨ੍ਹਾਂ ਦੇ ਜਿਹੜੇ ਨੇ ਆਸ਼ੀਆ ਨੇ ਨੇ ਢਾ ਦਿੱਤੇ ਨੇ ਤੇ ਕੱਲ ਆਮ ਆਦਮੀ ਪਾਰਟੀ ਵੱਲੋਂ 92 ਸੀਟਾਂ ਜਿਹੜੀਆਂ ਨੇ ਉਹ ਲਿੱਤੀਆਂ ਗਈਆਂ ਔਰ ਜਿੱਥੇ ਕਿ ਕਾਂਗਰਸ ਪਾਰਟੀ ਦੀ ਗੱਲ ਕਰੀਏ ਜਿਹੜੀ ਕਿ ਸੱਤਾ ਦੇ ਵਿੱਚ ਆਉਣ ਦੇ ਦਾਅਵੇ ਕਰ ਰਹੀ ਸੀ ਤੇ 18 ਸੀਟਾਂ ਦੇ ਵਿੱਚ ਸਿਮਟ ਕੇ ਰਹਿ ਗਈ ਜਿਸ ਨੂੰ ਲੈ ਕੇ ਹੁਣ ਮੰਥਨ ਕੀਤਾ ਜਾ ਰਿਹਾ ਹਾਰ ਦੇ ਲੈ ਕੇ ਕਾਂਗਰਸ ਪਾਰਟੀ ਦਾ ਕੀ ਕਹਿਣਾ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅੰਮ੍ਰਿਤਸਰ ਤੋਂ ਸੰਸਦ ਗੁਰਜੀਤ ਸਿੰਘ ਓਜਲਾ ਸਾਡੇ ਨਾਲ ਨੇ ਗੱਲਬਾਤ ਕਰ ਲੈਣੇ ਓਜਲਾ ਸਾਹਿਬ ਆਮ ਆਦਮੀ ਪਾਰਟੀ ਦੀ ਪਹਿਲੇ ਤਾਂ ਇਸ ਢੰਗ ਦੇ ਨਾਲ ਜਿੱਤ ਹੋਈ ਔਰ ਕਿਸ ਤਰ੍ਹਾਂ ਦੇਖ ਦਿਓ ਖੂ ਲੋਕਾਂ ਦੇ ਦਿੱਤੇ ਫਤਵੇ ਨੂੰ ਸਤਿਕਾਰ ਕਰਦੇ ਆਂ ਔਰ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦੇ ਆਂ ਇਸ ਗੱਲ ਦੀ ਭਗਵੰਤ ਮਾਨ ਉਹਨਾਂ ਨੂੰ ਵਧਾਈ ਹੈ ਕਿ ਜਿਹੜੀਵਾਲ ਨੂੰ ਵਧਾਈ ਹੈ ਕਿ ਉਹਨਾਂ ਨੇ ਜੋ ਕਿਆ ਸੀ ਲੋਕਾਂ ਨੂੰ ਲੋਕ ਉਹਨਾਂ ਦੇ ਆਖੇ ਲੱਗੇ ਉਹਨਾਂ ਨੂੰ ਵੋਟ ਪਈ ਹੈ ਔਰ ਉਹ ਜਿੱਤੇ ਨੇ ਔਰ ਆਸ ਰੱਖਦੇ ਆਂ ਕਿ ਪੰਜਾਬ ਵਾਸਤੇ ਚੰਗਾ ਕੰਮ ਕਰਨਗੇ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆਉਂਦੇ ਸੁਪਨੇ ਦੇਖ ਰਹੀ ਸੀ ਔਰ ਇੱਕ ਦਾਅਵੇ ਕਰ ਰਹੀ ਸੀ ਕਿ ਕਾਂਗਰਸ ਪਾਰਟੀ ਸਰਕਾਰ ਇੱਕ ਵਾਰ ਫਿਰ ਤੋਂ ਬਣੇਗੀ ਪਰ 18 ਸੀਟਾਂ ਤੇ ਸਿਮਣਣਾ ਪੈ ਗਿਆ ਕੀ ਸਮਝਦੇ ਹੋ ਦੇਖੋ ਸੁਪਨੇ ਨਹੀਂ ਹਕੀਕਤ ਸੀ ਕਾਂਗਰਸ ਪਾਰਟੀ ਅੱਜ ਤੋਂ 6 ਮਹੀਨੇ ਸਾਲ ਪਹਿਨੋਂ ਦੀ ਗੱਲ ਕਰੋ ਤੇ ਲੱਗਦਾ ਸੀ ਕਿ ਕਾਂਗਰਸ ਪਾਰਟੀ ਦੁਬਾਰਾ ਆਊਗੀ ਔਰ ਪਰ ਲੋਕਾਂ ਨੇ ਜਿਹੜਾ ਮਨ ਦੇ ਵਿੱਚ ਇੱਕ ਬਲਬਲਾ ਸੀ 4 4 ਸਾਲ ਜਦੋਂ ਕਪਤਾਨ ਸਾਹਿਬ ਰਹੇ ਆ ਉਹਨਾਂ ਨੇ ਵੀ ਉਸ ਤਰੀਕੇ ਦਾ ਕੰਮ ਨਹੀਂ ਕੀਤਾ ਉਸ ਤਰੀਕੇ ਨਾਲ ਡਰਗ ਤੇ ਕੰਟਰੋਲ ਨਹੀਂ ਹੋਇਆ ਛੋਟੇ ਛੋਟੇ ਡਰੱਗ ਦੇ ਇਸ਼ੂ ਜਿਹੜੇ ਆ ਉਹ ਹਰ ਮਤਲ ਗਲੀ ਮੱਲੇ ਦੇ ਵਿੱਚ ਉਸੇ ਤਰ੍ਹਾਂ ਹੀ ਵਧੇ ਹੀ ਆ ਘਟੇ ਨਹੀਂ ਗਏ ਸੋ ਉਹਨਾਂ ਚੀਜ਼ਾਂ ਨੂੰ ਬੇਰੋਜ਼ਗਾਰੀ ਦਾ ਮਸਲਾ ਸੀ ਜੇ ਉਹਨਾਂ ਨੇ ਹੱਲ ਵੀ ਕੀਤੇ ਆ ਜਿਹੜੇ ਕੋਈ ਮਸਲੇ ਹੱਲ ਵੀ ਹੋਏ ਉਹਨਾਂ ਨੂੰ ਅਸੀਂ ਲੋਕਾਂ ਤੱਕ ਵੀ ਲਿਜਾ ਨਹੀਂ ਪਾਏ ਉਤੋਂ ਬਾਅਦ ਜੇ ਚੰਨੀ ਸਾਹਿਬ ਆਏ ਜਿਹੜੇ ਚੰਨੀ ਸਾਹਿਬ ਨੇ ਕੰਮ ਕੀਤੇ ਉਹ ਵੀ ਅਸੀਂ ਲੋਕਾਂ ਤੱਕ ਲਿਜਾ ਨਹੀਂ ਪਾਏ ਉਹਨਾਂ ਚੀਜ਼ਾਂ ਨੂੰ ਮਤਲ ਲੋਕਾਂ ਤੱਕ ਪ੍ਰਚਾਰ ਕਰਨ ਦੀ ਬਜਾਏ ਕਿਉਂਕਿ ਕੱਲੇ-ਕੱਲੇ ਲੀਡਰ ਨੂੰ ਬਲਾਕ ਲੈਵਲ ਤੇ ਲੋਕਾਂ ਨੂੰ ਤਿਆਰ ਕਰਕੇ ਪ੍ਰਚਾਰ ਕਰਨਾ ਚਾਹੀਦਾ ਸੀ ਇੱਕ ਜਿਹੜਾ ਵਰਕਰ ਸੀ ਵਰਕਰ ਵੀ ਥੋੜਾ ਕਿਉਂਕਿ ਵਰਕਰ ਨੂੰ ਇੰਜ ਲੱਗਾ ਸੀ ਕਿ ਜਿਵੇਂ ਮੇਰੀ ਸਾਰ 4.5 ਸਾਲ ਕਿਉਂ ਕਪਤਾਨ ਸਾਹਿਬ ਆਪਣੇ ਆਪ ਚ ਰਹੇ ਉਹਨਾਂ ਵੀ ਥੱਲੇ ਉਤਰ ਕੇ ਨਹੀਂ ਵੇਖਿਆ ਤੇ ਵਰਕਰ ਵੀ ਪਰੇਸ਼ਾਨ ਸੀ ਸੋ ਇਹ ਸਾਰੀਆਂ ਚੀਜ਼ਾਂ ਨੇ ਨਾਲ ਮਿਲ ਕੇ ਜਿਹੜਾ ਅਖੀਰ ਤੇ ਨੁਕਸਾਨ ਜਿਹੜਾ ਹੈ ਉਹ ਸਾਡਾ ਪਾਰਟੀ ਦਾ ਹੋਇਆ ਵਰਕਰ ਨੇ ਲੜਾਈ ਬਹੁਤ ਲੜੀ ਹੈ ਔਰ ਜਿਹੜੇ ਕੋਈ ਐਮਐਲ ਤੁਹਾਡੇ ਵੱਲੋਂ ਜਦੋਂ ਕੱਲ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਜਦੋਂ ਕਿ ਰਿਜ਼ਲਟ ਸਾਹਮਣੇ ਆ ਗਿਆ ਉਸ ਤੋਂ ਬਾਅਦ ਤੁਸੀਂ ਇੱਕ ਟਵੀਟ ਵੀ ਕੀਤਾ ਤੁਹਾਡਾ ਦਰਦ ਝਲਕਦਾ ਹੋਇਆ ਦਿਖਾਈ ਦਿੱਤਾ ਔਰ ਤੁਸੀਂ ਕਈਆਂ ਦੇ ਉੱਤੇ ਜਿਹੜੇ ਕਹ ਸਕਦੇ ਤੰਜ ਕੱਸੇ ਉਹ ਕਿਹੜੇ ਵਿਅਕਤੀ ਸੀ ਜਿਨ੍ਹਾਂ ਦੇ ਉੱਤੇ ਤੁਸੀਂ ਤੰਜ ਕੱਸੇ ਇਹ ਤੰਜ ਕੱਸਣ ਦਾ ਮਸਲਾ ਨਹੀਂ ਜੀ ਮੈਂ ਦੇਖੋ ਇਹ ਡੈਮੋਕ੍ਰੇਸੀ ਹੈ ਇਹਦੇ ਵਿੱਚ ਸਾਡੇ ਬੰਦੇ ਜੇ ਹਰੇ ਨੇ ਤੇ ਜਿੱਤੇ ਵੀ ਨੇ ਔਰ ਇੰਨੀ ਵੱਡੀ ਲਹਿਰ ਦੇ ਵਿੱਚ ਜਿਤਨਾ ਕੋਈ ਛੋਟੀ ਗੱਲ ਨਹੀਂ ਮੈਂ ਉਹਨਾਂ ਨੂੰ ਵਧਾਈ ਦਿੰਦੀ ਕਿ ਤੁਸੀਂ ਇੱਕ ਢਾਲ ਦੀ ਤਰ੍ਹਾਂ ਕੰਮ ਕੀਤਾ ਔਰ ਸਾਡੀ ਇਜਤ ਵੀ ਬਚਾਈ ਏ ਔਰ ਪਾਰਟੀ ਨੂੰ ਵੀ ਕੈਮ ਰੱਖਿਆ ਏ ਕਿਸੇ ਵੀ ਤਰੀਕੇ ਨਾਲ ਜਿੱਤੇ ਐ ਤੁਸੀਂ ਪੂਰੀ ਮਿਹਨਤ ਲਾ ਕੇ ਉੱਥੋਂ ਜਿੱਤੇ ਜੇ ਫਤਵਾਤਾ ਕੋ ਦੂਜੀ ਗੱਲ ਮੇਰੀ ਇਹ ਕਹਿਣ ਦੀ ਸੀ ਉਹਨਾਂ ਨੂੰ ਵਧਾਈ ਦੇਣ ਤੋਂ ਬਾਅਦ ਮੈਂ ਕਿਹਾ ਸੀ ਕਿ ਗੁਰੂ ਨਗਰੀ ਆ ਸਾਡੀ ਗੁਰੂ ਨਾਨਕ ਦੇਵ ਜੀ ਜਾਂ ਮਹਾਂਪੁਰਸ਼ ਜਿੰਨੇ ਵੀ ਹੋਏ ਨੇ ਉਹਨਾਂ ਨੇ ਟੂਣੇ ਤਵਿੱਤਾਂ ਦੇ ਵਿਰੋਧ ਦੇ ਵਿੱਚ ਮੇਸ਼ਾਂ ਲੜਾਈ ਲੜੀ ਆ ਗੁਰੂ ਨਾਨਕ ਦੇਵ ਜੀ ਤੋਂ ਤੁਸੀਂ ਲਾ ਲਓ ਇਹਨਾਂ ਬਰਾਈਆਂ ਦੇ ਵਿਰੋਧ ਲੜਾਈਆਂ ਲੜਦੇ ਆਏ ਹੁਣ ਕਪਤਾਨ ਸਾਹਿਬ ਨੇ ਜਿੱਦਾਂ ਕਟਾ ਦੇ ਦਿੱਤਾ ਸੀ ਦਾਨ ਕਰਤਾ ਸੀ ਉਹਦਾ ਸਾਡਿਆਂ ਵੀ ਵਿੱਚ ਕਈ ਕੁਛ ਕਰਦੇ ਰਹੇ ਆ ਜਾ ਜਾ ਕੇ ਪਰ ਮੇਰਾ ਇਹ ਕਹਿਣਾ ਸੀ ਕਿ ਡੈਮੋਕ੍ਰੇਸੀ ਦੇ ਵਿੱਚ ਜੇ ਪਰਮਾਤਮਾ ਹੈ ਪਰਮਾਤਮਾ ਸਾਰਿਆਂ ਦਾ ਹੈਗਾ ਜੇ ਮੇਰਾ ਤੇ ਤੁਹਾਡਾ ਵੀ ਉਹਨਾਂ ਇਹ ਤੇ ਦੂਸਰੇ ਤਾਂ ਵੀ ਉਹਨਾਂ ਮੇਰੇ ਵਿਰੁੱਧ ਇਲੈਕਸ਼ਨ ਲੜਨ ਵਾਲੇ ਤਾਂ ਵੀ ਉਹਨਾਂ ਆ ਸੰਕੇਤ ਦੇ ਰਹੇ ਹੋ ਨਵਜੋਤ ਸਿੰਘ ਸਿੱਧੂ ਸਟੇਜ ਦੇ ਉੱਤੇ ਇਸ ਤਰ੍ਹਾਂ ਦੇ ਮੰਤਰ ਪੜਦੇ ਹੋਏ ਨਜ਼ਰ ਆਏ ਸੰਕੇਤ ਤੁਸੀਂ ਦੇ ਰਹੇ ਹੋ ਕਿ ਲੱਗਦਾ ਕਿ ਉਸ طرف ਇਸ਼ਾਰਾ ਤੁਹਾਡਾ ਜਿਹੜਾ ਕੀਤਾ ਜਾ ਰਿਹਾ ਮੈਂ ਮੈਂ ਨਹੀਂ ਦੇਖਿਆ ਕਿਹੜੇ ਮੰਤਰ ਆਏ ਆ ਮੈਨੂੰ ਉਹਦਾ ਨਹੀਂ ਪਤਾ ਕਿੱਥੇ ਪੜੇ ਉਹਨਾਂ ਨੇ ਪਰ ਮੈਂ ਤਾਂ ਇੱਕ ਜਨਰਲ ਇੱਕ ਨਹੀਂ ਕਹੀ ਸੀ ਕਿ ਜਿਹੜੇ ਲੋਕ ਇੱਚੇ ਵਿਸ਼ਵਾਸ ਰੱਖਦੇ ਮੈਂ ਕਹਿਣਾ ਸੀ ਕਿ ਜੇ ਰੱਬ ਹੈ ਤੇ ਰੱਬ ਸਾਰਿਆਂ ਦਾ ਹੈਗਾ ਕੱ ਰੱਬ ਜਿਹੜਾ ਅਗਲੇ ਬੰਨੇ ਇਲੈਕਸ਼ਨ ਲੜਨਦੇ ਆ ਉਹਦਾ ਵੀ ਆ ਜਿਹੜਾ ਵੋਟ ਪਾਉਂਦੇ ਆ ਉਹਦਾ ਵੀ ਉਹਨਾਂ ਰੱਬ ਆ ਇਹ ਰੱਬ ਤੇ ਜੀ ਨੇ ਕਣੀ ਕਣੀ ਚ ਰੱਬ ਵਸਿਆ ਆ ਇਹ ਆਪਾਂ ਕਿੱਦਾਂ ਕਹਿ ਸਕਦੇ ਕਿ ਰੱਬ ਇੱਕ ਬੰਦੇ ਕੋਲ ਹੀ ਹੈਗਾ ਰੱਬ ਸਾਰਿਆਂ ਕੋਲ ਹੈਗਾ ਸੋ ਇਹ ਤੂਨੇ ਤਵੀਤਾਂ ਦੇ ਨਾਲ ਜਿਹੜੀ ਡੈਮੋਕ੍ਰੇਸੀ ਆ ਇਹ ਨੂੰ ਕੋਈ ਫਰਕ ਨਹੀਂ ਪੈਂਦਾ ਪਰਮਾਤਮਾ ਦੇ ਘਰ ਦੇ ਵਿੱਚ ਸਾਰੇ ਉਹਦੇ ਜੀ ਨੇ ਉਹਨਾਂ ਨੂੰ ਅਧਿਕਾਰ ਹੈ ਉਹਦੇ ਨਾਲ ਦੀ ਨਾਲ ਜਿਹੜੇ ਕੰਮਾਂ ਨੂੰ ਸਾਨੂੰ ਬਣਾਇਆ ਹੁੰਦਾ ਸਾਨੂੰ ਉਹ ਵੀ ਕੰਮ ਕਰਨੇ ਪੈਂਦੇ ਉਹ ਵੀ ਇੱਕ ਪਰਮਾਤਮਾ ਦਾ ਫਰਮਾਨ ਹੁੰਦਾ ਕਿ ਤੁਸੀਂ ਇੱਥੇ ਬਿਠਾਤੇ ਜੇ ਉਹਨੇ ਕੰਮ ਤੁਸੀਂ ਕਰਨੇ ਆ ਪਰ ਸਾਨੂੰ ਅਜੇ ਜੇ ਰੱਬ ਨੇ ਦੂਜੇ ਰੀ ਮੌਕਾ ਦਿੱਤਾ ਹੈ ਤੁਹਾਡੇ ਸਾਹਮਣੇ ਜਿਹੜੇ ਕਿਸਾਨੀ ਸੰਘਰਸ਼ ਸੀ 1 ਸਾਲ ਫੁੱਟ ਪਾਤੇ ਬੈਠ ਕੇ ਲਗੇ ਨਾ ਵੀ ਜਾਂਦੇ ਤੇ ਕੋਈ ਫਰਕ ਨਹੀਂ ਸੀ ਪੈਣਾ ਪਰ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਜਿ ਅੱਜ ਬੱਚੇ ਜੋ ਯੂਕਰੇਨ ਫਸੇ ਆ ਤੇ ਤੁਹਾਡਾ ਦਾਸ ਉੱਥੇ ਜਾ ਕੇ ਜਿੰਨੀ ਮੇਰੇ ਤੋਂ ਮਦਦ ਹੋਈ ਹੈ ਕਰਕੇ ਵਾਪਸ ਆਇਆ ਜਦ ਕਿ ਨਿਊਕਲੀਅਰ ਜੰਗ ਛੇਰਨ ਦਾ ਰੌਲਾ ਸੀ ਸਾਰੇ ਕਹਿੰਦੇ ਸੱਜਣ ਮਿੱਤਰ ਕੇ ਨਹੀਂ ਜਾਣਾ ਚਾਹੀਦਾ ਨਹੀਂ ਤੁਹਾਨੂੰ ਜਾਣਾ ਚਾਹੀਦਾ ਪਰ ਮੈਂ ਫਿਰ ਵੀ ਗਿਆ ਇਹ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੁਸੀਂ ਜ਼ਿੰਮੇਵਾਰੀ ਬੜੀ ਇਮਾਨਦਾਰੀ ਨਾਲ ਨਭਾਉਂਦੇ ਆਏ ਹੋ ਲੇਕਿਨ ਜਿਸ ਢੰਗ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਕਿ ਕਾਂਗਰਸ ਪਾਰਟੀ ਹੁਣ ਮੰਥਨ ਕਰੇਗੀ ਔਰ ਕਿਨੂੰ ਜ਼ਿੰਮੇਵਾਰ ਸਮਝਦੇ ਹੋ ਆਮ ਜਿਸ ਢੰਗ ਦੇ ਨਾਲ ਆਮ ਆਦੀ ਪਾਰਟੀ ਜਿੱਤ ਹੁੰਦੀ ਹੈ ਔਰ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੁਣ ਇਹਦੀ ਜ਼ਿੰਮੇਵਾਰੀ ਕੌਣ ਲੇ ਮੈਂ ਮੈਂ ਉਹ ਜਿਹੜੀ ਤੂੰ ਕੰਪਲੀਟ ਨਹੀਂ ਗੱਲ ਹੁੰਦੀ ਮੈਂ ਉਹ ਚੀਜ਼ ਕਹਿਣਾ ਚਾਹੁੰਦਾ ਕਿ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾ ਪਰ ਪ੍ਰਮਾਤਮਾ ਕੱਲੀ ਨੂੰ ਇਹ ਕਹੀ ਜਾਵਾਂਗੇ ਮੇਰੇ ਤੋਂ ਬਾਹਰ ਪ੍ਰਮਾਤਮਾ ਨੇ ਇਹ ਕਿ ਪ੍ਰਮਾਤਮਾ ਦੀ ਕੱਲੀ ਮੈਨੂੰ ਹੀ ਸਮਝਿਆ ਜਾਂ ਮੇਰੀ ਤੇ ਕਿਰਪਾ ਰਹੀਦੀ ਆ ਇਹ ਬੜੀ ਇੱਕ ਬਲੱਖਣ ਗੱਲ ਹੁੰਦੀ ਆ ਇਹ ਜਿੰਨੀ ਨਗਰੀ ਆ ਜਿੰਨਾ ਸ੍ਰਿਸ਼ਟੀ ਰਚੀ ਐ ਉਹ ਰਚਨ ਆ ਰਿਹਾ ਇਹਦਾ ਉਹ ਕਿਸੇ ਨਾ ਕਿਸੇ ਰੂਪ ਚ ਕਿਤੇ ਉਹ ਸ਼ਿਵ ਜੀ ਐ ਕਿਤੇ ਉਹ ਸ਼ੰਕਰ ਐ ਕਿਤੇ ਆਰਾਮ ਜੀ ਕਿਤੇ ਅੱਲਾ ਐ ਕਿਤੇ ਗੁਰੂ ਨਾਨਕ ਦੇਵ ਜੀ ਐ ਕਿਤੇ 10 ਗੁਰੂ ਗੁਰੂ ਗ੍ਰੰਥ ਸਾਹਿਬ ਨੇ ਇਹ ਸਾਰੇ ਅਲੱਖ ਬਲੱਖਣ ਉਹਦੇ ਰੂਪ ਨੇ ਬਲੱਖਣ ਰੂਪਾਂ ਦੇ ਵਿੱਚ ਹੈ ਉਹ ਇੱਕ ਹੀ ਆ ਪਰ ਉਹਦੇ ਤੇ ਮਤਲਬ ਮੈਂ ਇਹੀ ਕਿਹਾ ਸੀ ਕਿ ਧਾਗੇ ਤੇ ਵੀਤਾਂ ਦੇ ਨਾਲ ਬਾਕੀ ਰੱਬਾਂ ਨੂੰ ਤੁਸੀਂ ਪਛਾਣ ਨਹੀਂ ਕਰ ਸਕਦੇ ਇਹ ਇਹ ਸਾਰਿਆਂ ਦੇ ਰੱਬ ਹੈਗੇ ਆ ਚਲੋ ਰੱਬ ਤਾਂ ਹੈ ਰੱਬ ਦੇਖਦ ਵੀ ਰਿਹਾ ਔਰ ਜਿਸ ਢੰਗ ਦੇ ਨਾਲ ਹੁਣ ਆਮ ਆਦਮੀ ਪਾਰਟੀ ਦਾ ਰੱਬ ਦੀ ਮਿਹਰ ਹੋਈ ਉਹਨਾਂ ਨੇ ਸਰਕਾਰ ਬਣਾਉਣ ਜਾ ਰਹੇ ਨੇ ਲੇਕਿਨ ਮੈਂ ਸਵਾਲ ਕਰ ਰਿਹਾ ਕਿ ਆਖਰਕਾਰ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਔਰ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਮੰਥਣ ਕਰਦੇ ਹੋਏ ਉਹਨਾਂ ਦੀ ਜ਼ਿੰਮੇਵਾਰੀ ਕੌਣ ਲਏਗਾ ਜੀ ਜੁਮੇਵਾਰੀ ਹੁਣ ਸਾਨੂੰ ਆਪਾਂ ਨੂੰ ਲੈਣੀ ਪੈਣੀ ਹੈ ਜੁਮੇਵਾਰੀ ਤਾਂ ਕੌਣ ਲਊਗਾ ਹੁਣ ਜਿਹਨੇ ਤਾਂ ਥੋੜਾ ਜੁਮੇਵਾਰੀ ਲੈਣੀ ਆ ਅਕਾਲੀਆਂ ਦੀ ਅਕਾਲੀ ਲੈਣਗੇ ਸਾਡਿਆਂ ਦੀ ਸਾ ਕਾਂਗਰਸ ਨੂੰ ਲੈਣੀ ਪੈਣੀ ਜਿਹੜੀ ਲੀਡਰਸ਼ਿਪ ਜਿਹੜੀ ਕਹਿੰਦੀ ਆ ਕਿ ਮੈਨੂੰ ਇਹ ਅਹੁਦੇ ਚਾਹੀਦੇ ਨੇ ਤੇ ਜੇ ਅਹੁਦੇ ਪਾਰਟੀ ਨੇ ਦਿੱਤੇ ਤੇ ਜੁਮੇਵਾਰੀ ਕਿੰਨਾਂ ਦੀ ਬਣਨੀ ਜੁਮੇਰੀ ਕਿਸੇ ਹੋਰ ਦੀ ਨਹੀਂ ਬਣਨੀ ਵਰਕਰ ਵਿਚਾਰਾ ਤੇ ਮਤਲਬ ਹਤਾਸ਼ ਹੋ ਕੇ ਬਹਿ ਗਿਆ ਇੰਨੀ ਮਿਹਨਤ ਕਰਨ ਦੇ ਬਾਵਜੂਦ ਜਦ ਕਿ ਉਹਨੂੰ 4.5-5 ਸਾਲ ਰੋਲਿਆ ਗਿਆ ਨਹੀਂ ਧਿਆਨ ਦਿੱਤਾ ਗਿਆ ਵਰਕਰਾਂ ਦਾ ਪੂਰਾ ਪਰ ਫਿਰ ਵੀ ਉਹਨੇ ਡਟ ਕੇ ਮਿਹਨਤ ਕੀਤੀ ਹਰ ਮਸ ਹਰ ਮਤਲਬ ਮੋਰਚੇ ਕੋਈ ਕੈਂਡੀਡੇਟ ਚੇਂਜ ਕਰਤਾ ਤਾਂ ਵੀ ਵਿਚਾਰਾ ਵਰਕਰ ਲੜਿਆ ਕੋਈ ਕੋਸ਼ਿਸ਼ ਕਰਤਾ ਉਹ ਤਾਂ ਵੀ ਵਰਕਰ ਨੇ ਉੱਥੇ ਤੱਕ ਜਿੰਮੇਵਾਰੀ ਲਈ ਪਰ ਅੱਜ ਜਿਹੜੀ ਜ਼ਿੰਮੇਵਾਰੀ ਹੈ ਇਹ ਵਰਕਰ ਨੇ ਤੇ ਲੜਾਈ ਲੜੀ ਪਰ ਜਿਹੜੀਆਂ ਆਪਾਂ ਆਪਣੀਆਂ ਖੁਆਇਸ਼ਾਂ ਦੀਆਂ ਲੜਾਈਆਂ ਆਪਣੇ ਆਪ ਨੂੰ ਵੱਡਾ ਕਰਨ ਦੀਆਂ ਲੜਾਈਆਂ ਜਿਹੜੀਆਂ ਆਪਣੇ ਇੰਡੀਵਿਜੂਅਲ ਵਿਅਕਤੀਗਤ ਤੌਰ ਤੇ ਰਹਿ ਗਈਆਂ ਉਹਦੀਆਂ ਜ਼ਿੰਮੇਵਾਰੀਆਂ ਤੇ ਆਪਣ ਨੂੰ ਲੈਣੀਆਂ ਪੈਗੀਆਂ। ਇਸ ਲੜਾਈ ਕਿਤਨਾ ਕਿਤੇ ਜੜੀ ਐ ਇਫੈਕਟ ਕਰ ਗਈ ਔਰ ਇਸ ਵਾਰ ਹਾਰ ਦਾ ਸਾਹਮਣਾ ਕਰਨਾ ਪੈ ਗਿਆ। ਵਜ਼ੀਰ ਜੀ ਤੁਸੀਂ ਗੱਲ ਕਰ ਰਹੇ ਕਿ ਕਾਂਗਰਸ ਪਾਰਟੀ ਦੇ ਕਈ ਆਸਰਬਜੀ ਨੇ ਜਿਨ੍ਹਾਂ ਨੇ ਇੱਜ਼ਤ ਰੱਖੀ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਐਸੇ ਵੀ ਲੀਡਰ ਨੇ 35-35 ਸਾਲ ਤੋਂ ਜਿੱਤ ਹਾਸਲ ਕਰ ਰਹੇ ਤਕਰੀਬਨ 6 ਵਾਰ ਜਿਹੜੀ ਜਿੱਤ ਹਾਸਲ ਕਰਦੇ ਨੇ ਨਵਜੋਤ ਸਿੰਘ ਸਿੱਧੂ ਵੀ ਕਹਿੰਦੇ ਨੇ ਕਿ ਮੈਂ ਵੀ ਲੰਬੀ ਜਿਹੜੀ ਜਿੱਤ ਦਾ ਦਰਜ ਕਰਦਾ ਆਇਆ ਤੇ ਐਸੇ ਜਿਹੜੇ ਨੇ ਅਗਰ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਤਾਂ ਕਿਤੇ ਕਿਤੇ ਨਮੋਸ਼ੀ ਵੀ ਤੇ ਸਾਹਮਣੇ ਨਜ਼ਰ ਸਾਰੇ ਨੇ ਉਥੇ ਕਾਂਗਰਸ ਪਾਰਟੀ ਦੇ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਉਹ ਵੀ ਦੋਨੋਂ ਸੀਟਾਂ ਤੇ ਹਾਰਦੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਮੈਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਾਰਦੇ ਨੇ ਕਈ ਐਸੀਆਂ ਵਿਕਟਾਂ ਨੇ ਜਿਹੜੀਆਂ ਕਿ ਬੜੀਆਂ ਸਟਰੋਂਗ ਮੰਨੀਆਂ ਜਾਂਦੀਆਂ ਸੀ ਆਪੀ ਸੋਨੀ ਦੀ ਗੱਲ ਕਰੀਏ ਤਾਂ 6 ਵਾਰ ਉਹ ਜਿੱਤ ਹਾਸਲ ਕਰਦੇ ਲੇਕਿਨ ਉਹਨਾਂ ਨੂੰ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਲੇਕਿਨ ਕਿਤੇ ਨਾ ਕਿਤੇ ਇੱਜ਼ਤ ਦੀ ਤੁਸੀਂ ਗੱਲ ਕਰ ਰਹੇ ਹੋ ਲੇਕਿਨ ਕਿਤੇ ਨਾ ਕਿਤੇ ਨਮੋਸ਼ੀ ਵੀ ਸਾਹਮਣੇ ਆ ਰਹੀ ਇਹ ਕੁਦਰਤੀ ਗੱਲ ਹੈ ਜਦੋਂ ਦੇਖੋ ਇੱਕ ਲੋਕਾਂ ਦੇ ਮਨ 'ਚ ਗੁੱਸਾ ਬਣ ਗਿਆ ਸੀ ਪਾਰਟੀ ਦੇ ਪ੍ਰਤੀ ਕੁਝ ਕਪਤਾਨ ਸਾਹਿਬ ਦੇੜੇ ਦਾ ਗੁੱਸ ਇਹ ਕੰਮ ਬਿਲਕੁਲ ਨਹੀਂ ਗੇ ਠੀਕ ਉਹ ਵੀ ਲੋਕਾਂ ਦੇ ਮਨ ਚ ਹੋ ਗਿਆ ਯਾਰ ਇਹ ਤੇ ਆਪ ਹੀ ਨਹੀਂ ਠੀਕ ਰਹਿੰਦੇ ਫਿਰ ਜਿਹੜੇ ਕੰਮ ਕੀਤੇ ਸੀ ਉਹਨਾਂ ਨੂੰ ਲੋਕਾਂ ਚ ਲਿਜਾ ਨਹੀਂ ਪਾਏ ਅਸੀਂ ਉਹ ਲੋਕਾਂ ਚ ਲਿਜਾਉਣੇ ਚਾਹੀਦੇ ਸੀ ਇਹ ਜ਼ਿੰਮੇਵਾਰੀਆਂ ਹੁੰਦੀਆਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀਆਂ ਉਹਨੇ ਲੈ ਕੇ ਜਾਣੇ ਹੁੰਦੇ ਕਿਉਂਕਿ ਐਮਐਲਏ ਆਪਣੀ ਇਲੈਕਸ਼ਨ ਲੜ ਰਿਹਾ ਇਹ ਕਲੈਕਟਿਵ ਜ਼ਿੰਮੇਵਾਰੀਆਂ ਹੁੰਦੀਆਂ ਨੇ ਜ਼ਿਲ੍ਹਾ ਪ੍ਰਧਾਨ ਬਲਾਕ ਲੈਵਲ ਤੇ ਜਾ ਕੇ ਇਹਨਾਂ ਚੀਜ਼ਾਂ ਨੂੰ ਪਹੁੰਚਾਉਣਾ ਹੁੰਦਾ ਹੈ ਉਹ ਵੀ ਅਸੀਂ ਕਿਤੇ ਨਾ ਕਿਤੇ ਖਤਾ ਖਾਦੀ ਆ ਫਿਰ ਜਿਹੜੇ ਇਸ਼ੂ ਸੀ ਡਰੱਗਜ਼ ਦਾ ਬੜਾ ਵੱਡਾ ਇਸ਼ੂ ਸੀ ਉਹਨੂੰ ਵੀ ਅਸੀਂ ਧਿਆਨ ਨਹੀਂ ਦੇ ਪਾ ਉਹ ਕਿਸੇ ਛਲਕੇ ਦਾ ਇਸ਼ੂ ਨਹੀਂਗਾ ਜੇ ਅਮਰਸਰ ਦੀ ਮੈਂ ਗੱਲ ਕਰਾਂ ਸਾਰੇ ਹੜਕਿਆਂ ਚੋ ਇਸ਼ੂ ਹੈਗਾ ਉਹਦੇ ਚ ਤੁਸੀਂ ਚਿੱਟੜਾ ਸੱਟਾ ਵੀ ਸ਼ਹਿਰ ਚ ਛਰੇਮ ਚੱਲਦਾ ਚਿੱਟਾ ਵੀ ਚੱਲਦਾ ਅਲਕੋਹਲ ਵੀ ਚੱਲਦੀ ਹੈ ਮੈਂ 20 ਤੋਂ ਬਾਅਦ ਚਿੱਠੀ ਲਿਖੀ ਸੀ ਡੀਜੀਪੀ ਨੂੰ ਮੈਂ ਕਿਹਾ ਹੁਣ ਤੇ ਸਰਕਾਰ ਨੇ ਕਿ ਹੁਣੀ ਕੁਛ ਕਰ ਦੇ ਔਰ ਇਹ ਚੀਜ਼ਾਂ ਤੇ ਅਸੀਂ ਅਹੀ ਰਵੈਤੀ ਕੰਮ ਕਰਨ ਲੱਗ ਗਏ ਵੀ ਚਲੋ ਠੀਕ ਹੈ ਦੁੱਖ ਸੁੱਖ ਤੇ ਜਾਣਾ ਜਾਣਾ ਵੀ ਚਾਹੀਦਾ ਦਫ਼ਤਰ ਵੀ ਕੰਮ ਕੀਤੇ ਹੈ ਹੁਣ ਸੋਨੀ ਸਾਹਿਬ ਜਿੰਨਾ ਉਹ ਉਹਨਾਂ ਦੀ ਸੀਟਿੰਗ ਹੈ ਕਿਸੇ ਦੀ ਵੀ ਨਹੀਂ ਡਾਕਟਰ ਰਾਜਕਮਾਰ ਜਿੰਨਾ ਮਿਲਦੇ ਹੈ ਤਾਂ ਵਿਹਾਰ ਦਾ ਸਾਹਮਣਾ ਕਰਨਾ ਉਹ ਵੀ ਤੇ ਤੁਹਾਨੂੰ ਗੱਲ ਕਹਿ ਰਹੇ ਆ ਪਰ ਜਦੋਂ ਇੱਕ ਗੁੱਸੇ ਦਾ ਮਾਹੌਲ ਬਣਿਆ ਉਹ ਫਿਰ ਗੁੱਸਾ ਮਤਲਬ ਗੁੱਸੇ ਸਾਰੇ ਪਿਸ ਗਏ ਉਹਦੇ ਚ ਕੋਈ ਵੀ ਨਹੀਂ ਬਾਸ ਸਕਿਆ ਕੀ ਸਮਝਦੇ ਹੋ ਗੁੱਸਾ ਅਖੇ ਕਰ ਹੈ ਕਾ ਦਾ ਸੀ ਕਿਉਂਕਿ ਜਨਤਾ ਜਨਾਰ ਦੇ ਨਾ ਜਨਤਾ ਨੇ ਫਤਵਾ ਜਾਰੀ ਕਰ ਦਿੱਤਾ ਉਹਨਾਂ ਦਾ ਅਧਿਕਾਰ ਹੈ ਔਰ ਬੜੀ ਡੈਮੋਕ੍ਰੇਸੀ ਦੇ ਕਿ ਬੜਾ ਸੁੰਦਰ ਇਹ ਅਧਿਆਇ ਲਿਖਿਆ ਗਿਆ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਨੇ ਹੁਣ ਜਿੱਤ ਹਾਸਲ ਕੀਤੀ ਕੀ ਸਮਝਦੇ ਹੋ ਕਿ ਕਿੱਥੇ ਗੁੱਸਾ ਕਿਉਂ ਪਬਲਿਕ ਦੇ ਵਿੱਚ ਇੰਨਾ ਰਹਿ ਗਿਆ ਗੁੱਸਾ ਇਹਦਾ ਰਵਾਇਤੀ ਕਾਰਜਸ਼ੈਲੀ ਉਹਨਾਂ ਤੋਂ ਸਾਨੂੰ ਫਰਕ ਪਾਉਣਾ ਪਊਗਾ ਅਸੀਂ ਬڑے ਪੁਰਾਣੇ ਹਾਲ ਸਾਰੇ ਹਲਕਿਆਂ ਜਿੱਦਾਂ ਅਸੀਂ ਬੈਠੇ ਆਂ ਪਰ ਜਿਹੜਾ ਸਕੂਲ ਸਿਸਟਮ ਹੈ ਉਹ ਬਹੁਤ ਉਸ ਪੱਧਰ ਦਾ ਨਹੀਂ ਹੈਗਾ ਕਿ ਮੈਂ ਜਿਵੇਂ ਇੱਕ ਐਮਐਲਏ ਜਾਂ ਇੱਕ ਗੈਸਟਡ ਅਫਸਰ ਆਪਣਾ ਨਿਆਣਾ ਉੱਥੇ ਪੜਾ ਸਕੀ ਹਸਪੀਟਲ ਨੇ ਉਸ ਪੱਧਰ ਦੇ ਨਹੀਂ ਹੈਗੇ ਕਿ ਜੇ ਤੇ ਕੋਈ ਆਪਣਾ ਅਸੀਂ ਮੈਂ ਕਹਾਂ ਕਿ ਮੈਂ ਆਪਣੇ ਪਰਿਵਾਰ ਦਾ ਇਲਾਜ ਕਰਾਉਣਾ ਜਾਂ ਤੁਸੀਂ ਕੋਈ ਜਿਹਦੇ ਕੋਈ ਚਾਰ ਪੈਸੇ ਉਹ ਪ੍ਰਾਈਵੇਟ ਭਜਦਾ ਏ ਜੀ ਇਹ ਚੀਜ਼ਾਂ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਸੀ ਦੋ ਚੀਜ਼ਾਂ ਕੋਈ ਇੰਨਾ ਤਾਂ ਬਹੁਤ ਵੱਡਾ ਖਰਚਾ ਵੀ ਨਹੀਂ ਹੋਣਾ ਇਹਨੂੰ ਸੁਧਾਰਨ ਦੇ ਕੋਈ ਬਹੁਤ ਵੱਡਾ ਪੈਸਾ ਵੀ ਨਹੀਂ ਲੱਗਣਾ ਜੇ 6000 ਕਰੋੜ ਜਿੱਥੇ ਕਿਸਾਨਾਂ ਦਾ ਮਾਫ ਕੀਤਾ ਥੋੜਾ ਤਾਂ ਮਾਫ ਹੋ ਗਿਆ ਬਾਕੀ ਰੌਲਾ ਪਾਉਂ ਉਹ ਕੀ ਸਾਡਾ ਨਹੀਂ ਹੋਇਆ ਨੇ ਕਿ ਪਿੰਡ 'ਚ ਤਿੰਨਾਂ ਬੰਦਿਆਂ ਦਾ ਮਾਫ ਹੋ ਗਿਆ ਬਾਕੀ ਸਾਰੇ ਇਸ ਗੱਲ ਦੀ ਬਰੋਸ ਹੋ ਗਏ ਕਿ ਉਸ ਵੇਲੇ ਆਵਾਜ਼ ਨਹੀਂ ਬੁਲੰਦ ਕੀਤੀ ਕਿ ਇਸ ਤਰ੍ਹਾਂ ਦੇ ਅੱਜ ਕਪਤਾਨ ਸਾਹਿਬ ਨੂੰ ਪੁੱਛੋ ਤੇ ਸੀ ਪਰ ਪੈਸੇ ਨਹੀਂ ਨੇਗੇ ਪੈਸੇ ਵੱਡੀ ਗੱਲ ਇਹ ਨੇ ਕਿ ਆਪਾਂ 9000 ਕਰੋੜ ਰੁਪਏ ਕਿੱਥੋਂ ਲੈਣਾ ਮਾਫ ਕਰਨਾ ਜਦੋਂ ਆਪਾਂ ਕਹਿ ਦਿੱਤਾ ਪਰ ਪੈਸੇ ਕਿੱਥੋਂ ਆਉਣੇ ਸੀ ਉਹਦਾ ਖਿਆਲ ਨਹੀਂ ਰੱਖਿਆ ਪਰ ਜੇ ਉਹ 6000 ਕਰੋੜ ਕਿਤੇ ਸਕੂਲ ਤੇ ਲਾਇਆ ਹੁੰਦਾ ਹਸਪੀਟਲ ਬਣਾਏ ਹੁੰਦੇ ਤੇ ਮੇਰਾ ਖਿਆਲ ਸੀ ਅੱਜ ਕੋ ਬਹੁਤਾ ਤੁਹਾਨੂੰ ਮਤਲਬ ਇਹਨਾਂ ਚੀਜ਼ਾਂ ਨਾਲ ਫਰਕ ਪੈਣਾ ਸੀ ਵਧੀ ਇਹ ਲੋਕਾਂ ਦੇ ਵਿੱਚ ਹੁਣ ਇਸ ਵੇਲੇ ਇੱਕ ਦਮ ਹੀ ਚੇਂਜ ਲੋਕਾਂ ਨੇ ਪਾ ਲਿਆ ਵੀ ਹੁਣ ਇੱਕ ਮੌਕਾ ਜਦੋਂ ਉਹਨਾਂ ਵੀ ਲਿਖਿਆ ਵੀ ਇੱਕ ਮੌਕਾ ਕੇਜਰੀਵਾਲ ਨੂੰ ਉਹ ਲੋਕਾਂ ਦੇ ਦਿਮਾਗ ਕਿਤੇ ਘਰ ਕਰ ਗਿਆ ਵੀ ਇੱਕ ਰੀਪ ਦਿਓ ਹੁਣ ਤੁਸੀਂ ਦੇਖੋਗੇ ਸਾਡੇ ਬੂਥਾਂ ਦੇ ਰਸ਼ ਵੀ ਡਬਲ ਸੀ ਆਮ ਆਦਮੀ ਪਾਰਟੀ ਦੇ ਬੂਥਾਂ ਦੇ ਰਸ਼ ਵੀ ਨਹੀਂ ਸੀ ਹੈਗਾ ਮਨ ਲੋਕਾਂ ਨੇ ਪਰਚੀ ਕਿਤੇੋਂ ਲਈ ਆ ਵੋਟ ਕਿਤੇ ਪਾਈ ਆ ਸਾਇਲੈਂਟ ਵੋਟ ਪਈ ਆ ਔਰ ਅੱਛਾ ਉਹਦਾ ਸਾਹਿਬ ਇਹ ਇਹ ਜਾਨਣਾ ਚਾਹਵਾਂਗੇ ਕਿ ਆਮ ਆਦਮੀ ਪਾਰਟੀ ਨੇ ਜਿੱਤ ਤਾਂ ਹਾਸਲ ਕਰ ਲਈ ਤੇ ਉਹ ਇਤਿਹਾਸਿਕ ਜਿੱਤਾਂ ਔਰ ਤੁਸੀਂ ਕਬੂਲ ਵੀ ਕਰ ਰਹੇ ਹੋ ਕਿ ਸਾਡੀ ਹਾਰ ਹੋਈ ਆ ਲੇਕਿਨ ਕਿਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਦੋਂ ਨਮਦੋਦ ਸਿੰਘ ਸਿੱਧੂ ਨੂੰ ਬਣਾਇਆ ਗਿਆ ਲੱਗਦਾ ਕਿਤੇ ਇੱਕ ਐਕਸਪੈਰੀਮੈਂਟ ਵੀ ਕਿਤੇ ਨੇ ਕਿਤੇ ਨੁਕਸਾਨ ਦੇ ਗਿਆ ਦੇਖੋ ਜਦੋਂ ਵੀ ਬਣਾਇਆ ਪਾਰਟੀ ਦੇ ਬਿਹਤਰੀ ਆਸਤੇ ਬਣਾਉਂਦੀ ਹੈ ਕਿ ਚੰਗਾ ਕਰੇ ਗਈ ਚੰਗਾ ਲੈ ਕੇ ਚੱਲਣਗੇ ਉਹਨਾਂ ਦਾ ਨਾਂ ਹੈ ਉਹਨਾਂ ਨੂੰ ਲੋਕ ਜਾਣਦੇ ਆ ਤੇ ਇਕ ਲੋਕਾਂ ਦੇ ਮਨ 'ਚ ਸ਼ਬੀ ਵੀ ਹੈਗੀ ਹੈ ਕਿ ਇਹ ਬੰਦਾ ਚੰਗਾ ਕੰਮ ਕਰ ਸਕਦਾ ਹੈ ਪਰ ਹੁਣ ਜਦੋਂ ਉਹਦੇ ਤੇ ਬਿਠਾਤਾ ਉਸ ਤੋਂ ਬਾਅਦ ਤੇ ਜ਼ਿੰਮੇਵਾਰੀ ਬਣ ਜਾਂਦੀ ਉਹਦੀ ਕਿ ਹੁਣ ਤੁਸੀਂ ਅੱਗੇ ਗੱਡੀ ਲੈ ਕੇ ਅੱਗੇ ਤੁਸੀਂ ਜਾਣੀ ਡਰਾਈਵਰ ਤੁਸੀਂ ਬਣਗੇ ਪਰ ਉਸ ਤੋਂ ਬਾਅਦ ਉਹ ਜਿਸ ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਉਹ ਉਹਨਾਂ ਦੇ ਮਨ 'ਚ ਕੀ ਸੀ ਉਹਦੇ ਉਹੀ ਦੱਸ ਸਕਦੇ ਆ ਕਿ ਸੀਐਮ ਨੂੰ ਵੀ ਮਤਲਬ ਹਰ ਗੱਲ ਦੇ ਉੱਤੇ ਉਹਨੂੰ ਟਿਕਟ ਆਪਣੀ ਹੋਈ ਉਹਦੀ ਸੀਐਮ ਦੀ ਸੈਲੀਆਂ ਦੇ ਵਿੱਚ ਕਿਹਾ ਕਿ ਤੰਜ ਕੱਸੇਗੇ ਬਾਰ-ਬਾਰ ਡਿਵੀਟ ਕਰਕੇ ਫਿਰ ਤੁਸੀਂ ਪਾਸ਼ਾ ਦੇ ਕੋਈ ਮਰਿਆਦਾ ਨਹੀਂ ਰੱਖੀ ਪਾਸ਼ਾ ਦੇ ਕਦੀ ਨਹੀਂ ਸੋਚਿਆ ਕਿ ਅਸੀਂ ਇੰਨੀ ਵੱਡੀ ਪੋਸਟ ਤੇ ਬੈਠੇ ਹੋਇਆ ਕਿ ਪਾਸ਼ਾ ਵਰਤਨੇ ਤੁਸੀਂ ਇਹ ਮਿਲ ਕੇ ਜਰਨਲਿਸਟ ਵੀ ਤੁਸੀਂ ਲੜਦੇ ਝਗੜਦੇ ਰਹੇ ਜੇ ਨਾਲ ਪਿੱਛੇ ਸਨਾਮ ਲਈ ਇਸ ਢੰਗ ਦੇ ਨਾਲ ਬਦਤਮੀਜ਼ੀ ਨਾਲ ਗੱਲ ਕਰਨੀ ਚਲੋ ਖੈਰ ਇਹ ਤੇ ਹੁਣ ਉਹਨਾਂ ਦਾ ਪਤਾ ਨਹੀਂ ਕਿਵੇਂ ਦਾ ਨਹੀਂ ਹੋਣਾ ਚਾਹੀਦਾ ਪਰਵਾਰਾਂ ਦੇ ਵਿੱਚ ਵੀ ਅਸੀਂ ਇਹ ਚੀਜ਼ਾਂ برداشت ਮਤਲਬ ਇੱਕ ਸਿੱਖਿਆ ਤੁਸੀਂ ਕਬੂਲਦੇ ਹੋ ਕਿ ਇਹਦਾ ਫੈਕਟ ਪਿਆ ਪਬਲਿਕ ਦਾ ਕਿਉਂਕਿ ਲੈਂਗੁਏਜ ਖਾਸ ਤੌਰ ਤੇ ਲੋਕ ਜਿਹੜੇ ਨੇ ਚਾਹੁੰਦੇ ਨੇ ਕਿ ਸਾਡੇ ਸਿਆਸਤਦਾਨਾਂ ਦੀ ਜਿਹੜੀ ਲੈਂਗੁਏਜ ਹੈ ਉਹ ਬੜੀ ਨਰਮ ਹੋਣੀ ਚਾਹੀਦੀ ਬੜੀ ਮਿੱਠੀ ਹੋਣੀ ਚਾਹੀਦੀ ਮੈਂ ਨਾ ਜੀ ਬਿਲਕੁਲ ਸਾਡੇ ਨਾਲ ਤੇ ਕਈ ਨਾਰਾਜ਼ਗੀ ਹੁੰਦੀ ਐ ਵੀ ਨਾਰਾਜ਼ ਹੁੰਦੇ ਐ ਤੇ ਅਸੀਂ ਉਹਨਾਂ ਨੂੰ ਮਤਲਬ ਹਿੱਕ ਨਾਲ ਲਾਉਨੇ ਵੀ ਨਹੀਂ ਵੀ ਚਲੋ ਭਾਵੇਂ 50 ਹੀ ਸਾਡੇ ਨਾਲ ਨਾਰਾਜ਼ ਹੋਣ ਹੁਣ ਇਹਨਾਂ ਨੇ ਆਪ ਕਬੂਲੀ ਇਹ ਗੱਲ ਕਿ ਮੈਂ ਮਤਲਬ ਮੈਂ ਹਲਕੇ 'ਚ ਵੀ ਨਹੀਂ ਆਇਆ ਮਾਫੀਆਂ ਮੰਗੀ ਉਹਨਾਂ ਦੇ ਸਟੇਜ ਤੇ ਖਲੋ ਕੇ ਮੰਗੀ ਮੈਂ ਤੁਹਾਡੇ ਫੋਨ ਨਹੀਂ ਚੁੱਕੇ ਹੁਣ ਗਾਂਵ ਤੋਂ ਫੋਨ ਚੁੱਕਾਂਗੇ ਸਾਰਾ ਕੁਝ ਆਪ ਕਬੂਲੇ ਨੇ ਉਹਨਾਂ ਚੀਜ਼ਾਂ ਪਰ ਹੁਣ ਮੈਂ ਫਿਰ ਤੁਹਾਨੂੰ ਇਹ ਕਹਿਣਾ ਕਿ ਚਲੋ ਉਹਨਾਂ ਦੇ ਤੇ ਅਸੀਂ ਇਹ ਕੱਢ ਲਿਆ ਪਰ ਬਾਕੀ ਵੀ ਅਸੀਂ ਦੂਜੇ ਹਾਂ ਜਿੱਥੇ ਜੀ ਵੀ ਪ੍ਰੋਬਲਮ ਨਹੀਂ ਸੀ ਹੈਗੀਆਂ ਸਰਦਾਰ ਸਾਹਿਬ ਅੱਬ ਪਛਤਾਏ ਹੋਤ ਕਿਹਾ ਜਬ ਚਿੜੀਆਂ ਚੁੱਕੇ ਖੇਤ ਅੱਬ ਪਛਤਾਣ ਦਾ ਕੀ ਫਰਕ ਪੈਣਾ ਨਹੀਂ ਨਹੀਂ ਉਹ ਤਾਂ ਫਿਰ ਉਹ ਨੁਕਸਾਨ ਤੇ ਪਾਰਟੀ ਦਾ ਹੋ ਗਿਆ ਨਾ ਜੀ ਬੰਦੇ ਦਾ ਤਾਂ ਕੋਈ ਨੁਕਸਾਨ ਨਹੀਂ ਆ ਬੰਦੇ ਦੀ ਨਾ ਤੇ ਜਾਇਦਾਦ ਘਟਣੀ ਸਾਡੇ ਲੀਡਰ ਕਿਸ ਦੀ ਨਾ ਉਹਨੂੰ ਕੋਈ ਨੁਕਸਾਨ ਹੋਣਾ ਹੈ ਪਾਰਟੀ ਪਿੱਛੇ ਪੈ ਗਈ ਹੈ ਪਾਰਟੀ ਦੇਖੋ ਇਹ ਚ ਮੰਨਣਾ ਪੂਗਾ ਹੁਣ ਪ ਇੱਕ ਮਤ ਹੋ ਕੇ ਜੇ ਫੇਰ ਵੀ ਅਸੀਂ ਇਹੀ ਲੜਾਈ ਲੜਦੇ ਰਹੇ ਤੇ ਫੇਰ ਇਹ ਸਮਝ ਲਓ ਕਿ ਗਾਂ ਤੁਸੀਂ ਕਦੇ ਨਹੀਂ ਆਉਣਾ ਪਾਰਟੀ ਕੀ ਆਪਣੇ ਲੈਵਲ ਦੇ ਵਿੱਚ ਮੰਥਨ ਕਰੇਗੀ ਔਰ ਜਿਹੜੇ ਵੀ ਇਹਦੇ ਜ਼ਿੰਮੇਵਾਰ ਮੰਨੇ ਜਾ ਰਹੇ ਨੇ ਜਿਨ੍ਹਾਂ ਦੇ ਕਾਰਨਾਂ ਨੂੰ ਕਰਕੇ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਕਿ ਹੁਣ ਉਹਨਾਂ ਦੇ ਪਾਰਟੀ ਕੋ ਕਾਰਵਾਈ ਕਰੇਗੀ ਜਾਂ ਕਿਸੇ ਤਰ੍ਹਾਂ ਦੇ ਨਾਲ ਕੋਈ ਜ਼ਿੰਮੇਵਾਰੀ ਲੈਂਦੇ ਹੋਏ ਕੋਈ ਆਪਣੇ ਤੌਰ ਦੇ ਉੱਤੇ ਕੋਈ ਅਸਤੀਫਾ ਦੇਗਾ ਪਾਰਟੀ ਤੋਂ ਅਗਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਕੱਲ ਦਾ ਇੱਕ ਚਰਚਾ ਛੜੀ ਹੋਈ ਆ ਕਿ ਨਵਜੋਤ ਸਿੰਘ ਸਿੱਧੂ ਅਸਤੀਫਾ ਦੇਣ ਜਾ ਰਹੇ ਨੇ ਜਾਂ ਉਹਨਾਂ ਨੇ ਅਸਤੀਫਾ ਜਣਾ ਦੇ ਦਿੱਤਾ ਹੈ ਇਸ ਤੇ ਕਿੰਨੀ ਸੱਚਾਈ ਦੇਖੋ ਇਹ ਤੇ ਹੁਣ ਕੋਣ ਪਾਰਟੀ ਨੇ ਤੈਅ ਕਰਨੀ ਹੈ ਉਹਨੇ ਕبولਣੀ ਹੈ ਜਾਂ ਨਹੀਂ ਕبولਣੀ ਹੈ ਤੇ ਹੁਣ ਉਹ ਦੱਸ ਸਕਦੇ ਕਿਉਂਕਿ ਇਹਦੇ ਤੇ ਮੇਰਾ ਕੋਈ ਅਧਿਕਾਰ ਖੇਤਰ ਨਹੀਂ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਦੇਖੋ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਵਰਕਰ ਬਹੁਤ ਮਿਊਸ ਆਉਣੇ ਇਸ ਵੇਲੇ ਹਾਰ ਤੋਂ ਬਾਅਦ ਇਹਨੂੰ ਦੁਬਾਰਾ ਰੀਚਾਰਜ ਕਰਨਾ ਇਹਨੂੰ ਦੁਬਾਰਾ ਕਿਉਂਕਿ ਅਗਲੀ ਇਲੈਕਸ਼ਨ 2 ਸਾਲ ਬਾਅਦ ਫਿਰ ਆਉਣੀਆਂ ਉਤੋਂ ਪਹਿਲਾਂ ਤੁਹਾਡੀਆਂ ਕਾਰਪੋਰੇਸ਼ਨ ਇਲੈਕਸ਼ਨ ਆ ਜਾਣੀਆਂ ਨੇ ਫਿਰ ਪੰਚਾਇਤੀ ਆ ਜਾਣੀਆਂ ਨੇ ਉਹਨੂੰ ਰੀਚਾਰਜ ਕਰਨਾ ਉਹਦੇ ਆਸਤੇ ਸਾਨੂੰ ਕਲੈਕਟਿਵ ਸਿਰ ਜੋੜ ਕੇ ਬਾਕੀ ਮਤਭੇਦ ਭੁੱਲ ਕੇ ਹੁਣ ਹੀ ਸੁਧਰ ਜਾ